ਮੌਜੂਦਾ ਦੌਰ ਦੇ ਵਿੱਚ ਆਬਾਦੀ ਵਧਣ ਦੇ ਨਾਲ ਸਾਡੀਆਂ ਲੋੜਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਅਸੀਂ ਆਪਣੀਆਂ ਇਹਨਾਂ ਲੋੜਾਂ ਦੇ ਲਈ ਕੁਦਰਤੀ ਸੌਮਿਆਂ ਤੇ ਨਿਰਭਰ ਕਰਦੇ ਹਾਂ ਜੰਗਲ ਇੱਕ ਅਹਿਮ ਕੁਦਰਤੀ ਸਾਧਨ ਹਨ ਚਾਹੇ ਖੇਤੀਬਾੜੀ ਲਈ ਭੂਮੀ ਦੀ ਪ੍ਰਾਪਤੀ ਦੀ ਗੱਲ ਹੋਵੇ ਫੈਕਟਰੀਆਂ ਦਾ ਨਿਰਮਾਣ ਕਰਨਾ ਹੋਵੇ ਜਾਂ ਘਰਾਂ ਦਾ ਨਿਰਮਾਣ ਕਰਨਾ ਹੋਵੇ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਜੰਗਲਾਂ ਦੀ ਕਟਾਈ ਦੇ ਵਿੱਚ ਬਹੁਤ ਵਾਧਾ ਹੋਇਆ ਹੈ। ਜੰਗਲਾਂ ਦੀ ਇਸ ਕਟਾਈ ਦੇ ਨਾਲ ਜੰਗਲ ਖਤਮ ਹੋ ਰਹੇ ਹਨ। ਜੰਗਲ ਖਤਮ ਹੋਣ ਦੇ ਬਹੁਤ ਜ਼ਿਆਦਾ ਨੁਕਸਾਨ ਹਨ। ਆਓ ਇਹਨਾਂ ਨੂੰ ਅੱਜ ਵਿਸਥਾਰ ਦੇ ਵਿੱਚ ਪੜ੍ਹਦੇ ਹਾਂ। ਅਸੀਂ ਜਾਣਦੇ ਹਾਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਦੌਰਾਨ ਆਪਣਾ ਭੋਜਨ ਬਣਾਉਂਦੇ ਹਨ। ਤੇ ਇਸ ਕਿਰਿਆ ਦੇ ਦੌਰਾਨ ਪੌਦੇ ਵਾਯੂਮੰਡਲ ਵਿਚਲੀ ਕਾਰਬਨ ਡਾਈਆਕਸਾਈਡ ਗੈਸ ਨੂੰ ਸੋਖਦੇ ਹਨ ਤੇ ਆਕਸੀਜਨ ਗੈਸ ਛੱਡਦੇ ਹਨ ਪੌਦਿਆਂ ਦੁਆਰਾ ਛੱਡੀ ਗਈ ਆਕਸੀਜਨ ਗੈਸ ਨੂੰ ਅਸੀਂ ਸਾਹ ਲੈਣ ਲਈ ਵਰਤੋਂ ਵਿੱਚ ਲਿਆਉਂਦੇ ਹਾਂ ਜੋ ਸਾਡੇ ਜੀਵਨ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਵਾਯੂਮੰਡਲ ਵਿਚਲੀ ਕਾਰਬਨ ਡਾਈਆਕਸਾਈਡ ਨੂੰ ਪੌਦੇ ਸੋਖਦੇ ਹਨ ਪਰ ਜੇ ਅਸੀਂ ਦੂਸਰੇ ਪਾਸੇ ਇੱਕ ਕਲਪਨਾ ਕਰੀਏ ਕਿ ਜੇ ਜੰਗਲਾਂ ਦੀ ਖਟਾਈ ਬਹੁਤ ਜ਼ਿਆਦਾ ਮਾਤਰਾ ਵਿੱਚ ਹੋ ਜਾਵੇ ਤਾਂ ਵਾਯੂ ਮੰਡਲ ਵਿਚਲੀ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਵਧਣ ਲੱਗੇਗੀ ਕਾਰਬਨ ਡਾਈਆਕਸਾਈਡ ਗੈਸ ਦਾ ਇੱਕ ਖਾਸ ਗੁਣ ਹੈ ਕਿ ਉਹ ਸੂਰਜੀ ਤਾਪ ਵਿਕਰਣਾਂ ਨੂੰ ਸੋਖਣ ਦੀ ਸਮਰੱਥਾ ਰੱਖਦੀ ਹੈ ਜਿਸ ਦੇ ਕਾਰਨ ਵਾਯੂ ਮੰਡਲ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਦੀ ਜਾਏਗੀ ਤਾਪ ਦੀ ਮਾਤਰਾ ਵੀ ਵਧੇਗੀ। ਤਾਪ ਦੇ ਇਸ ਤਰ੍ਹਾਂ ਹੋਣ ਵਾਲੇ ਵਾਧੇ ਨੂੰ ਵਿਸ਼ਵ ਤਾਪਮਾਨ ਵਾਧੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿਸ ਦੇ ਕਿ ਬਹੁਤ ਸਾਰੇ ਕੂ ਪ੍ਰਭਾਵ ਅਸੀਂ ਸੁਣਦੇ ਰਹਿੰਦੇ ਹਾਂ। ਇਸ ਦੇ ਨਾਲ ਵਾਯੂ ਮੰਡਲ ਵਿਚਲੇ ਜਲ ਚੱਕਰ ਤੇ बुरा ਪ੍ਰਭਾਵ ਪੈਂਦਾ ਹੈ ਉਸ ਦੇ ਵਿੱਚ ਅਸੰਤੁਲਨ ਪੈਦਾ ਹੋ ਜਾਂਦਾ ਹੈ ਜਿਸ ਦੇ ਨਾਲ ਵਰਖਾ ਦੀ ਦਰ ਦੇ ਵਿੱਚ ਕਮੀ ਆਉਂਦੀ ਹੈ ਤੇ ਜਿਸ ਦੇ ਨਾਲ ਸੋਕੇ ਵਰਗੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਪੌਦਿਆਂ ਦੀਆਂ ਜੜਾਂ ਮਿੱਟੀ ਨੂੰ ਜਕੜ ਕੇ ਰੱਖਦੀਆਂ ਹਨ ਜੰਗਲਾਂ ਦੀ ਬਹੁਤਾਤ ਵਿੱਚ ਕਟਾਈ ਹੋਣ ਦੇ ਨਾਲ ਭੂਮੀ ਦਾ ਭੌਂਖ ਹੋਰ ਵਧਣ ਲੱਗਦਾ ਹੈ ਜਿਸ ਦੇ ਨਾਲ ਭੂਮੀ ਦੀ ਉੱਪਰਲੀ ਪਰਤ ਪਾਣੀ ਦੇ ਨਾਲ ਰੁੜ ਜਾਂਦੀ ਹੈ ਤੇ ਜਿਸ ਦੇ ਨਾਲ ਭੂਮੀ ਦੇ ਵਿੱਚ ਮੱਲੜ ਦੀ ਮਾਤਰਾ ਘਟਣ ਲੱਗਦੀ ਹੈ। ਨਤੀਜੇ ਵਜੋਂ ਭੂਮੀ ਦਾ ਉਪਜਾਊਪਨ ਘਟਦਾ ਜਾਂਦਾ ਹੈ। ਤੇ ਹੌਲੀ-ਹੌਲੀ ਭੂਮੀ ਮਾਰੂਥਲ ਦੇ ਵਿੱਚ ਬਦਲਣ ਲੱਗਦੀ ਹੈ। ਇਸ ਪ੍ਰਕਿਰਿਆ ਨੂੰ ਅਸੀਂ ਮਾਰੂਥਲੀਕਰਨ ਦੇ ਨਾਮ ਨਾਲ ਜਾਣਦੇ ਹਾਂ। ਤੀਜਾ ਨੁਕਸਾਨ ਜੰਗਲਾਂ ਦੀ ਕਟਾਈ ਦੇ ਨਾਲ ਭੂਮੀ ਦੁਆਰਾ ਪਾਣੀ ਨੂੰ ਜਕੜ ਕੇ ਰੱਖਣ ਦੀ ਸਮਰੱਥਾ ਅਤੇ ਪਾਣੀ ਦੇ ਉੱਪਰਲੀਆ ਤਹਾਂ ਤੋਂ ਹੇਠਲੀਆਂ ਤਹਾਂ ਤੱਕ ਰੈਸਨ ਦੀ ਸਮਰੱਥਾ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਨਤੀਜੇ ਵਜੋਂ ਭੂਮੀ ਦੇ ਹੇਠਲੇ ਪਾਣੀ ਦੇ ਵਿੱਚ ਕਮੀ ਆਉਣ ਲੱਗਦੀ ਹੈ। ਅਸੀਂ ਜਾਣਦੇ ਹਾਂ ਕਿ ਸਾਡੀਆਂ ਮੁੱਖ ਤੌਰ ਤੇ ਜਿਹੜੀਆਂ ਸਿੰਚਾਈ ਦੀਆਂ ਲੋੜਾਂ ਨੇ ਜਾਂ ਪੀਣ ਵਾਲੇ ਪਾਣੀ ਦੀ ਪ੍ਰਾਪਤੀ ਆ ਉਹ ਭੂਮੀ ਦੇ ਹੇਠਲੇ ਪਾਣੀ ਤੋਂ ਅਸੀਂ ਕਰਦੇ ਹਾਂ ਤੇ ਜੇਕਰ ਭੂਮੀ ਹੇਠਲੇ ਪਾਣੀ ਦੇ ਵਿੱਚ ਕਮੀ ਆਉਣ ਲੱਗ ਪਵੇ ਤਾਂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੌਥਾ ਕਾਰਨ ਜੰਗਲਾਂ ਵਿੱਚ ਜੰਤੂਆਂ ਤੇ ਪੰਛੀਆਂ ਦੇ ਨਿਵਾਸ ਸਥਾਨ ਹੁੰਦੇ ਹਨ ਜੰਗਲਾਂ ਦੀ ਕਟਾਈ ਦੇ ਨਾਲ ਇਹਨਾਂ ਜੰਤੂਆਂ ਦੇ ਤੇ ਪੰਛੀਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ। ਨਤੀਜੇ ਵਿੱਚ ਬਹੁਤ ਸਾਰੇ ਜੰਤੂ ਤੇ ਬਹੁਤ ਸਾਰੇ ਪੰਛੀਆਂ ਦੀਆਂ ਕਿਸਮਾਂ ਅਲੋਪ ਹੋਣ ਲੱਗਦੀਆਂ ਹਨ। ਬਹੁਤ ਸਾਰੇ ਜੰਤੂ ਅਲੋਪ ਹੋ ਵੀ ਚੁੱਕੇ ਹਨ। ਇਸ ਤੋਂ ਇਲਾਵਾ ਜਦੋਂ ਜੰਤੂਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ ਤਾਂ ਉਹ ਆਪਣਾ ਰੁੱਖ ਮਨੁੱਖੀ ਆਬਾਦੀ ਵੱਲੋਂ ਕਰ ਲੈਂਦੇ ਹਨ। ਜਿਸ ਦੇ ਨਾਲ ਕੀ ਹੁੰਦਾ ਹੈ ਕਿ ਮਨੁੱਖਾਂ ਵੱਲੋਂ ਪੈਦਾ ਕੀਤੀਆਂ ਗਈਆਂ ਫਸਲਾਂ ਨੂੰ ਉਹ ਨਸ਼ਟ ਕਰਦੇ ਹਨ ਨੁਕਸਾਨ ਪਹੁੰਚਾਉਂਦੇ ਹਨ ਔਰ ਨਾਲ ਦੀ ਨਾਲ ਉਹ ਕਈ ਵਾਰ ਆਬਾਦੀ ਦੇ ਵਿੱਚ ਜਾ ਕੇ ਮਨੁੱਖੀ ਘਰਾਂ ਦੇ ਵਿੱਚ ਵੀ ਦਾਖਲ ਹੋ ਜਾਂਦੇ ਹਨ ਤੇ ਅਸੀਂ ਬਹੁਤ ਵਾਰੀ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਸੁਣਦੇ ਹਾਂ ਜੀਵ ਜੰਤੂਆਂ ਦੇ ਨਿਵਾਸ ਸਥਾਨਾਂ ਨੂੰ ਤੇ ਪੌਦਿਆਂ ਨੂੰ ਬਚਾਉਣ ਦੇ ਲਈ ਸਰਕਾਰਾਂ ਵੱਲੋਂ ਕਈ ਥਾਵਾਂ ਨੂੰ ਸੁਰੱਖਿਅਤ ਥਾਵਾਂ ਬਣਾਇਆ ਗਿਆ ਹੈ ਇਹਨਾਂ ਸੁਰੱਖਿਅਤ ਖੇਤਰਾਂ ਨੂੰ ਤਿੰਨ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ ਰੱਖਾਂ ਨੈਸ਼ਨਲ ਪਾਰਕ ਅਤੇ ਜੀਵ ਮੰਡਲ ਰਿਜ਼ਰਵ ਇਹਨਾਂ ਤਿੰਨੇ ਪ੍ਰਕਾਰ ਦੇ ਸੁਰੱਖਿਅਤ ਖੇਤਰਾਂ ਦੇ ਵਿੱਚ ਜੀਵ ਜੰਤੂਆਂ ਦੇ ਸ਼ਿਕਾਰ ਅਤੇ ਪੌਦਿਆਂ ਦੀ ਕਟਾਈ ਤੇ ਪੂਰਨ ਪਾਬੰਦੀ ਹੁੰਦੀ ਹੈ।